ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਆਪਾਂ ਮੌਸਮ ਦੇ ਸਬੰਧੀ ਕਿ ਪੰਜਾਬ ਦਾ ਮੌਸਮ ਇਸ ਵੇਲੇ ਕਾਫੀ ਗਰਮਾਇਆ ਹੋਇਆ ਹੈ ਜਨਤਾ ਪੰਜਾਬ ਦੇ ਵਸਨੀ ਗਰਮੀ ਨਾਲ ਬੇਹਾਲ ਨੇ ਪੰਜਾਬ ਦੇ ਨਾਲ ਨਾਲ ਹੋਰ ਜਿਹੜੇ ਨਾਲ ਲੱਗਦੇ ਇਲਾਕੇ ਨੇ ਸੂਬੇ ਨੇ ਤਾਂ ਉਹਨਾਂ ਵਿੱਚ ਵੀ ਇਹੀ ਹਾਲ ਹੈ ਸੋ ਜੇਕਰ ਆਪਾਂ ਪਹਿਲਾਂ ਹੀਟ ਮੈਪ ਦੇਖੀਏ ਇਸ ਵੇਲੇ ਤਾਂ ਹੀਟ ਮੈਪ ਤੇ ਜਿਹੜਾ ਉੱਤਰ ਪੱਛਮੀ ਭਾਰਤ ਦੇ ਇਲਾਕੇ ਨੇ ਜਿਹਦੇ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਸਾਰੇ ਇਲਾਕੇ ਇਸ ਵੇਲੇ ਜਿਹੜੇ ਰੈੱਡ ਨਿਸ਼ਾਨ ਤੋਂ ਉੱਪਰ ਚੱਲ ਰਹੇ ਨੇ ਕਿਉਂਕਿ ਇਹਨਾਂ ਦਿਨਾਂ ਵਿੱਚ ਤਾਪਮਾਨ ਲਗਭਗ ਜਿਆਦਾ ਤੋਂ ਜਿਆਦਾ 40 ਡਿਗਰੀ ਤੱਕ ਬਣੇ ਹੋਏ ਨੇ ਪਰ ਉਸ ਦੇ ਬਾਵਜੂਦ ਗਰਮੀ ਹੈ ਜਿਹੜੀ ਉਹ ਕਾਫੀ ਜਿਆਦਾ ਪਰੇਸ਼ਾਨ ਕਰ ਰਹੀ ਹੈ ਉਸ ਦਾ ਕਾਰਨ ਕੀ ਹੈ ਹਵਾ ਵਿੱਚ ਵਾਤਾਵਰਣ ਵਿੱਚ ਮੌਇਸਚਰ ਜਿਆਦਾ ਹੋਣਾ ਨਮੀ ਦੀ ਮਾਤਰਾ ਜਿਆਦਾ ਹੋਣ ਦੇ ਕਾਰਨ ਹੀ ਹਮਸ ਵਾਲੀ ਸਥਿਤੀਆਂ ਜਿਹੜੀਆਂ ਪੈਦਾ ਹੋ ਰਹੀਆਂ ਨੇ ਸੋ ਜਿਸ ਦੇ ਕਾਰਨ ਇਹ ਗਰਮੀ ਜਿਆਦਾ ਅਨੁਭਵ ਹੋ ਰਹੀ ਹੈ ਕਿਉਂਕਿ ਆਪਾਂ ਮਈ ਜੂਨ ਦੇ ਮਹੀਨਾ ਵਿੱਚ 45 ਤੋਂ 46 ਡਿਗਰੀ ਦਾ ਤਾਪਮਾਨ ਚੱਲ ਚੁੱਕੇ ਆ ਪਰ ਉਸ ਸਮੇਂ ਇੰਨੀ ਜਿਆਦਾ ਗਰਮੀ ਮਹਿਸੂਸ ਨਹੀਂ ਹੁੰਦੀ ਸੀ ਜਿੰਨੀ ਹੁਣ ਇਸ ਅਗਸਤ ਦੇ ਮਹੀਨੇ ਵਿੱਚ ਹੋ ਰਹੀ ਹੈ ਜਾਂ ਜੁਲਾਈ ਦੇ ਅੰਤ ਤੋਂ ਆਪਾਂ ਦੇਖਦੇ ਆ ਰਹੇ ਹਾਂ ਉਸ ਦਾ ਕਾਰਨ ਇਹ ਹੈ ਕਿ ਹਮਸ ਵਾਲੀ ਸਥਿਤੀ ਬਣੀ ਹੋਈ ਹੈ ਮੌਇਸਚਰ ਜਿਆਦਾ ਹੈ ਸੋ ਜੇਕਰ ਹੁਣ ਤਾਪਮਾਨ ਦੇਖੀਏ ਤਾਂ ਤਾਪਮਾਨ ਲਗਭਗ ਪੰਜਾਬ ਦੇ ਇਲਾਕਿਆਂ ਵਿੱਚ ਆਪਾਂ ਨੂੰ 35 ਤੋਂ 40 ਡਿਗਰੀ ਦੇ ਦਰਮਿਆਨ ਮਿਲਣਗੇ ਜਿਹੜੇ ਇਲਾਕੇ ਰਾਜਸਥਾਨ ਦੇ ਨੇੜੇ ਪੈਂਦੇ ਜਿਵੇਂ ਫਾਜ਼ਿਲਕਾ ਹੋ ਗਿਆ ਮੁਖਸਰ ਫਰੀਦਕੋਟ ਇਹਨਾਂ ਇਲਾਕਿਆਂ ਵਿੱਚ 38 ਤੋਂ ਲੈ ਕੇ 40 ਡਿਗਰੀ ਦੇ ਦਰਮਿਆਨ ਤਾਪਮਾਨ ਮਾਝਾ ਤੇ ਦੋਆਬਾ ਦੇ ਖੇਤਰ ਵਿੱਚ ਆਪਾਂ ਨੂੰ 35 ਤੋਂ ਲੈ ਕੇ 38 ਡਿਗਰੀ ਦਾ ਤਾਪਮਾਨ ਦੇਖਣ ਨੂੰ ਮਿਲੇਗਾ ਮੱਧ ਪੰਜਾਬ ਵਿੱਚ ਲੁਧਿਆਣਾ ਹੋ ਗਿਆ ਮੋਗਾ ਹੋ ਗਿਆ ਤੇਰੇ ਨਾਲ ਲੱਗਦੇ ਲੱਗ ਕੇ ਤਾਂ ਆਪਾਂ ਨੂੰ 34 ਤੋਂ ਲੈ ਕੇ 36 ਡਿਗਰੀ ਤਾਪਮਾਨ ਦੇਖਣ ਨੂੰ ਮਿਲ ਰਿਹਾ ਤੇ ਪਹਾੜੀ ਇਲਾਕਿਆਂ ਦੇ ਜਿਵੇਂ ਆਪਾਂ ਨ ਮਾਨਾਂ ਵਿੱਚ ਥੋੜੀ ਜਿਹੀ ਕਮੀ ਆ ਜਾਂਦੀ ਹੈ ਤੇ ਜੇ ਹੁਣ ਆਪਾਂ ਮੋਇਸਚਰ ਦੇਖੀਏ ਨਮੀ ਦੀ ਮਾਤਰਾ ਤਾਂ ਇਸ ਵੇਲੇ ਲਗਭਗ ਮਾਝਾ ਦੁਆਬਾ ਤੇ ਨਾਲ ਆਪਣੇ ਉੱਤਰੀ ਮਾਲਵੇ ਦਾ ਖੇਤਰ ਆ ਜਿਹੜਾ ਉੱਤਰ ਪੂਰਬੀ ਤਾਂ ਉਹਦੇ ਵਿੱਚ ਨਮੀ ਦੀ ਮਾਤਰਾ ਕਾਫੀ ਸਿਖਰਾਂ ਤੇ ਬਣੀ ਹੋਈ ਹੈ ਤੇ ਇਧਰ ਆਪਣੇ ਮਾਨਸਾ ਬਠਿੰਡਾ ਫਾਜ਼ਿਲਕਾ ਹੋ ਗਿਆ ਨਾਲ ਫਰੀਦਕੋਟ ਮੁਕਸਰ ਸਾਹਿਬ ਦੇ ਭਾਗ ਫਿਰੋਜ਼ਪੁਰ ਇਹਨਾਂ ਇਲਾਕਿਆਂ ਵਿੱਚ ਨਮੀ ਦੀ ਮਾਤਰਾ ਕਾਫੀ ਘੱਟ ਹੈ ਸੋ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਹਮੋਸ ਵਾਲੀ ਸਥਿਤੀ ਤੋਂ ਥੋੜੀ ਜਿਹੀ ਰਾਹਤ ਹੈ ਪਰ ਗਰਮੀ ਇਹਨਾਂ ਇਲਾਕਿਆਂ ਵਿੱਚ ਤਾਪਮਾਨ ਵਧਣ ਦੇ ਕਾਰਨ ਆਪਣੇ 60 ਚਰਮਾ ਉੱਪਰ ਪੁੱਜੀ ਹੋਈ ਹੈ ਸੋ ਇੱਕ ਪਾਸੇ ਜੇ Rajasthan ਦੇ ਇਲਾਕਿਆਂ ਵੱਲ ਨਵੀਂ ਘਟ ਹੈ ਤਾਂ ਉਧਰ ਤਾਪਮਾਨ ਜ਼ਿਆਦਾ ਹੈ ਤੇ ਜੇਕਰ ਬਾਕੀ ਪੰਜਾਬ ਦੀ ਗੱਲ ਕਰੀਏ ਤਾਂ ਜਿਹੜੇ ਆਪਣੇ ਸਾਰੇ ਇਲਾਕੇ ਪੈ ਜਾਂਦੇ ਨੇ ਤਾਂ ਇਨ੍ਹਾਂ ਇਲਾਕਿਆਂ ਵਿੱਚ ਤਾਪਮਾਨ ਹਾਲਾਂਕਿ 2-4 ਡਿਗਰੀ ਘੱਟ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਮੁਕਾਬਲੇ ਪਰ ਇਨ੍ਹਾਂ ਵਿੱਚ ਹਮੋਸ ਵਾਲੀ ਸਥਿਤੀ ਆ ਉਹ ਜ਼ਿਆਦਾ ਗੰਭੀਰ ਸਥਿਤੀ ਵਿੱਚ ਬਣੀ ਹੋਈ ਹੈ ਸੋ ਜੇਕਰ ਦੇਖੀਏ ਵੀ ਆਪਾਂ ਆਉਣ ਵਾਲੇ ਸਮੇਂ ਵਿੱਚ ਗਰਮੀ ਤੋਂ ਰਾਹਤ ਮਿਲਣ ਦੇ ਅਸਰ ਕਿੰਨੇ ਕੁ ਨੇ ਜੇਕਰ ਆਪਾਂ ਸਿੱਧੇ ਰੂਪ ਵਿੱਚ ਕੀ ਤਾਂ ਅਗਸਤ ਦੇ ਲਗਭਗ 20 ਤੋਂ 25 ਅਗਸਤ ਤੱਕ ਕਿਸੇ ਵੀ ਤਰ੍ਹਾਂ ਦੇ ਕੋਈ ਆਪਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੇ ਫਿਲਹਾਲ ਸਾਰ ਨਹੀਂ ਹਨ ਹਾਂ ਇਹਦੇ ਵਿੱਚ ਜ਼ਰੂਰ ਹੈ ਕਿ ਮੌਸਮ ਵਿੱਚ ਪਰਿਵਰਤਨ ਆਉਣਗੇ ਮੀਂਹ ਦੀਆਂ ਗਤੀਵਿਧੀਆਂ ਹੋਣਗੀਆਂ ਪਰ ਉਸ ਦੇ ਬਾਵਜੂਦ ਆਪਾਂ ਨੂੰ ਬੜਾ ਗਰਮੀ ਹੈ ਇਸੇ ਤਰ੍ਹਾਂ ਚੱਲਦੀ ਰਹੇਗੀ ਕਿਉਂਕਿ ਜੇਕਰ 2 ਦਿਨ ਮੀਂਹ ਪੈਂਦਾ ਹੈ ਤਾਂ 2 ਦਿਨ ਹੀ ਮੌਸਮ ਥੋੜਾ ਜਿਹਾ ਠੰਡਾ ਰਹੇਗਾ ਉਹਦੇ ਵਿੱਚ ਨਮੀ ਦੀ ਮਾਤਰਾ ਘਟੇਗੀ ਤਾਂ ਉਸ ਤੋਂ ਬਾਅਦ ਪੂਰੀ ਬਫਾਰਮਾ ਚੱਲਣ ਦੇ ਕਾਰਨ ਇੱਕ ਵਾਰ ਫਿਰ ਮੌਇਸਚਰ ਵਧੇਗਾ ਤੇ ਹਮੋਸ ਵਾਲੀ ਸਥਿਤੀ ਹੋਵੇਗੀ ਟੈਂ ਉੱਠਣਗੇ ਅਤੇ ਉਸ ਤੋਂ ਬਾਅਦ ਫਿਰ ਇੱਕ ਵਾਰ ਗਰਮੀ ਆ ਜਿਹੜੀ ਪਰੇਸ਼ਾਨ ਕਰੇਗੀ ਕਿਉਂਕਿ ਗਰਮੀ ਦਾ ਸੀਜ਼ਨ ਹੈ ਸੋ ਇਹਦੇ ਵਿੱਚ ਗਰਮੀ ਨੇ ਆਪਣਾ ਥੋੜਾ ਜਿਹਾ ਜ਼ੋਰ ਦਿਖਾਉਣਾ ਹੀ ਹੈ ਸੋ ਜੇ ਆਪਾਂ ਸਿੱਧੇ ਸਿੱਧੇ ਗੱਲ ਕਰੀਏ ਤਾਂ ਅਗਸਤ ਦੇ ਮਹੀਨੇ ਵਿੱਚ ਆਪਾਂ ਨੂੰ ਫਿਲਹਾਲ ਕੋਈ ਵੱਡੀ ਰਾਹਤ ਮਿਲਣ ਦੇ आसार ਨਹੀਂ ਹਨ ਹਾਂ ਜਦੋਂ ਕਿ ਮੀਂਹ ਪੈਣਗੇ ਤਾਂ ਉਹਦੇ ਵਿੱਚ ਆਪਾਂ ਨੂੰ ਛੋਟੇ ਸਮੇਂ ਲਈ ਥੋੜੀ ਜਿਹੀ ਰਾਹਤ ਜ਼ਰੂਰ ਮਿਲੇਗੀ ਪਰ ਜਿਹੜਾ ਗਰਮੀ ਦਾ ਦੌਰ ਹੈ ਉਹ ਹਾਲੇ ਅਗਸਤ ਮਹੀਨੇ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ